ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਗੁਰਪ੍ਰੀਤ। ਅੱਜ ਜਿਹੜੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਹਾਂ, ਇਹ ਉਹਨਾਂ ਵੀਰਾਂ ਵਾਸਤੇ ਆ, ਸਾਰਿਆਂ ਵਾਸਤੇ ਜਿਹੜੇ ਨਿਊਜ਼ੀਲੈਂਡ ਜਾ ਰਹੇ ਨੇ। ਅਤੇ ਜਿਵੇਂ ਕਿ ਤੁਸੀਂ ਥੰਬਨੇਲ ਦੇਖਿਆ ਹੈ ਕਿ ਸਾਵਧਾਨੀ ਵਰਤਣ ਦੀ ਲੋੜ ਹੈ, ਅਤੇ ਕਿਹੜੀ ਸਾਵਧਾਨੀ ਆ ਉਹਦੀ ਸਾਰੀ ਜਿਹੜੀ ਡਿਟੇਲ 'ਚ ਗੱਲਬਾਤ ਕਰਾਂਗੇ ਆਪਾਂ ਨੂੰ ਵੀਡੀਓ ਦੇ ਵਿੱਚ। ਅਤੇ ਵੀਡੀਓ ਨੂੰ ਜਿਹੜਾ ਐਂਡ ਤੱਕ ਜ਼ਰੂਰ ਦੇਖਿਓ, ਨਾਲ ਹੀ ਚੈਨਲ ਨੂੰ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ। ਸੋ ਸਾਰਿਆਂ ਨਾਲੋਂ ਜਿਹੜੀ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਕਿ ਸਾਰਿਆਂ ਨੂੰ ਹੀ ਮੁਬਾਰਕਾਂ ਜਿਨ੍ਹਾਂ ਦੇ ਵੀਜ਼ੇ ਲੱਗਿਆ ਨਿਊਜ਼ੀਲੈਂਡ ਦੇ ਅਤੇ ਉਹ ਜਾ ਰਹੇ ਨੇ, ਚਾਹੇ ਟੂਰਿਸਟ ਵੀਜ਼ਾ ਲੱਗਿਆ, ਚਾਹੇ ਕੋਈ ਵਰਕ ਵੀਜ਼ਾ ਲੱਗਿਆ। ਸੋ ਹੁਣ ਜਿਹੜੀ ਬਹੁਤ ਵੱਡੀ ਦਿੱਕਤ ਆ ਰਹੀ ਹੈ, ਮੇਰੇ ਇੱਕ ਦੋ ਕਲਾਇੰਟਸ ਦੇ ਨਾਲ ਵੀ ਦਿੱਕਤ ਆਈ ਹੈ, ਅਤੇ ਹੋ ਸਕਦਾ ਕਿਸੇ ਹੋਰ ਨੇ ਵੀ ਫੇਸ ਕੀਤੀ ਹੋਵੇ। ਪ੍ਰੋਬਲਮ ਕੀ ਫੇਸ ਹੋ ਰਹੀ ਹੈ, ਕਾਫੀ ਵਾਰ ਕਦੋਂ ਹੁੰਦਾ ਕਿ ਆਪਾਂ ਟੂਰਿਸਟ ਵੀਜ਼ਾ ਦੇ ਉੱਪਰ ਨਿਊਜ਼ੀਲੈਂਡ ਟਰੈਵਲ ਕਰਦੇ ਹਾਂ ਤਾਂ ਜਿਹੜਾ ਆਪਾਂ ਨੂੰ ਬੋਰਡ ਨਹੀਂ ਕਰਨ ਦਿੱਤਾ ਜਾਂਦਾ, ਜਾਂ ਦਿੱਲੀ ਤੋਂ, ਜਾਂ ਜੇ ਕਿਸੇ ਥਰਡ ਕੰਟਰੀ ਜਾਂ ਸੈਕਿੰਡ ਕੰਟਰੀ ਦੇ ਵਿੱਚ ਦੀ ਆਪਾਂ ਜਾ ਰਹੇ ਹਾਂ। ਸਪੈਸ਼ਲੀ ਲਾਸਟ ਕੁਝ ਕੁ ਜਿਹੜੇ ਦਿਨਾਂ ਦੇ ਵਿੱਚ ਇੱਕ ਕੇਸ ਮੇਰੇ ਸਾਹਮਣੇ ਆਇਆ, ਮੇਰੇ ਇੱਕ ਕਲਾਇੰਟ ਦਾ, ਜਿਹੜਾ ਦੁਬਈ ਦੇ ਵਿੱਚੋਂ ਉਹਨਾਂ ਨੂੰ ਵਾਪਸੀ ਜਿਹੜੀ ਕਰ ਦਿੱਤੀ ਇੰਡੀਆ ਦੀ, ਉਹਨਾਂ ਨੂੰ ਜਿਹੜੀ ਫਲਾਈਟ ਬੋਰਡ ਨਹੀਂ ਕਰਨ ਦਿੱਤੀ। ਸ਼ਾਇਦ ਕੋਈ ਨਾ ਕੋਈ ਗੜਬੜ ਰਹੀ ਹੋਊ, ਕਿਤੇ ਨਾ ਕਿਤੇ ਕੋਈ ਦਿੱਕਤ ਆਈ ਹੋਊਗੀ। ਸੋ ਇਸ ਕਰਕੇ ਜਿਹੜਾ ਹੈਗਾ ਉਹਨਾਂ ਦਾ ਕਾਫੀ ਸਟ੍ਰੈਸ ਫੁੱਲ ਜਿਹੜੀ ਜਰਨੀ ਸੀਗੀ। ਸੋ ਕਿਉਂਕਿ ਓਬਵੀਅਸਲੀ ਹੁੰਦਾ ਹੀ ਹੈ, ਜਦੋਂ ਇੱਕ ਵਾਰ ਤੁਸੀਂ ਟਰੈਵਲ ਕਰਨ ਚੱਲੇ ਹੋ ਅਤੇ ਤੁਹਾਨੂੰ ਕਿਸੇ ਕਾਰਨ ਕਰਕੇ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਵੇ ਅਤੇ ਤੁਹਾਨੂੰ ਵਾਪਸ ਆਉਣਾ ਪੈ ਜਾਵੇ। ਸੋ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਪਰੇਸ਼ਾਨੀ ਤੋਂ ਬਚ ਸਕਦੇ ਹੋ, ਅਵੋਇਡ ਕਰਿਓ। ਉਹਦੇ ਲਈ ਕਿਹੜੇ ਕਿਹੜੇ ਤੁਸੀਂ ਤਰੀਕੇ ਅਪਣਾ ਸਕਦੇ ਹੋ ਉਹਦੀ ਗੱਲ ਕਰਦੇ ਹਾਂ ਜੀ। ਅਗਰ ਤੁਸੀਂ ਜਾ ਰਹੇ ਹੋ ਆਸਟ੍ਰੇਲੀਆ ਦੇ ਵਿੱਚ ਦੀ, ਕਿਉਂਕਿ ਆਪਾਂ ਨੂੰ ਆਸਟ੍ਰੇਲੀਆ ਦੇ ਵਿੱਚ ਦੀ ਜੇਕਰ ਤੁਹਾਡੀ ਫਲਾਈਟ ਆ ਤਾਂ ਤੁਹਾਨੂੰ ਜਿਹੜਾ ਉੱਥੋਂ ਦਾ 7-7-1 ਵੀਜ਼ਾ ਲੈਣਾ ਪੈਂਦਾ, ਜਿਹੜਾ ਟ੍ਰਾਂਸਿਟ ਵੀਜ਼ਾ ਹੁੰਦਾ। ਅਤੇ ਕਈ ਵਾਰੀ ਕੀ ਹੁੰਦਾ ਕਿ ਆਪਾਂ ਕਿਸੇ ਕਾਰਨ ਕਰਕੇ ਪ੍ਰੋਪਰ ਜਦੋਂ ਆਪਾਂ ਬੋਰਡ ਕਰਦੇ ਹਾਂ ਫਲਾਈਟ, ਉਹ ਆਪਾਂ ਨੂੰ ਪੁੱਛਦੇ ਆ, ਕੁਐਸਚਨ ਨਹੀਂ ਆਨਸਰ ਦੇ ਪਾਉਂਦੇ, ਤਾਂ ਉਹ ਆਪਣਾ ਜਿਹੜਾ ਵੀਜ਼ਾ ਰਿਵੋਕ ਕਰ ਦਿੰਦੇ ਆ। ਸੋ ਇਸ ਕਾਰਨ ਕਰਕੇ ਵੀ ਤੁਹਾਨੂੰ ਜਿਹੜਾ ਫਲਾਈਟ 'ਤੇ ਬੋਰਡ ਨਹੀਂ ਕਰਨ ਦਿੱਤਾ ਜਾਂਦਾ। ਜਾਂ ਕਈ ਵਾਰੀ ਕੀ ਹੁੰਦੀ ਹੈ ਕਿ ਆਪਣੇ ਕੋਲ ਜਿਹੜੇ ਡਾਕੂਮੈਂਟਸ ਹੁੰਦੇ ਆ ਪੂਰੇ ਨਹੀਂ ਹੁੰਦੇ, ਜਿਵੇਂ ਕਿ ਹੋਟਲ ਬੁਕਿੰਗ ਵਗੈਰਾ, ਜਾਂ ਰਿਟਰਨ ਜਿਹੜੀ ਫਲਾਈਟ ਹੈ ਉਹਦੀ ਟਿਕਟ ਨਹੀਂ ਹੁੰਦੀ ਆਪਣੇ ਕੋਲ। ਸੋ ਇਹਨਾਂ ਕਾਰਨਾਂ ਕਰਕੇ ਹੀ ਆਪਾਂ ਨੂੰ ਕਈ ਵਾਰੀ ਜਿਹੜੀ ਫਲਾਈਟ ਬੋਰਡ ਨਹੀਂ ਕਰਨ ਦਿੱਤੀ ਜਾਂਦੀ, ਫਲਾਈਟ 'ਤੇ ਨਹੀਂ ਚੜ੍ਹਨ ਦਿੱਤਾ ਜਾਂਦਾ, ਅਤੇ ਆਪਾਂ ਨੂੰ ਕਿਸੇ ਨਾ ਕਿਸੇ ਕੰਟਰੀ ਦੇ ਵਿੱਚੋਂ ਵਾਪਸ ਮੋੜ ਦਿੱਤਾ ਜਾਂਦਾ ਹੈ। ਜ਼ਿਆਦਾਤਰ ਕੇਸਾਂ ਦੇ ਵਿੱਚ ਮੈਂ ਸੁਣਿਆ ਅਤੇ ਦੇਖਿਆ ਵੀ, ਇੱਕ ਦੋ ਜਿਹੜੇ ਮੇਰੇ ਕਲਾਇੰਟਸ ਦੇ ਨਾਲ ਘਟਨਾਵਾਂ ਹੋਈਆਂ ਮਲੇਸ਼ੀਆ ਦੇ ਵਿੱਚੋਂ ਅਤੇ ਦੁਬਈ ਦੇ ਵਿੱਚੋਂ, ਉਹਨਾਂ ਨੂੰ ਵਾਪਸ ਕਰ ਦਿੱਤਾ ਗਿਆ ਕਿਉਂਕਿ ਸ਼ਾਇਦ ਕੋਈ ਪ੍ਰੋਪਰ ਡਾਕੂਮੈਂਟ ਜਿਹੜਾ ਉਹਨਾਂ ਕੋਲ ਨਹੀਂ ਸੀਗਾ ਜਾਂ ਮਿਸ ਹੋ ਗਿਆ ਕਿਸੇ ਕਾਰਨ ਕਰਕੇ। ਸੋ ਮਤਲਬ ਇਸ ਚੀਜ਼ ਨੂੰ ਅਗਰ ਤੁਹਾਡੇ ਨਾਲ ਹੋ ਰਹੀ ਹੈ ਤਾਂ ਤੁਸੀਂ ਅਵੋਇਡ ਕਰਿਓ। ਜਦੋਂ ਵੀ ਤੁਸੀਂ ਟਰੈਵਲ ਕਰਨਾ ਤਾਂ ਆਪਣੇ ਜਿਹੜੇ ਪ੍ਰੋਪਰ ਡਾਕੂਮੈਂਟ ਹੈ ਸਾਰੇ, ਜੋ ਵੀ ਤੁਸੀਂ ਵੀਜ਼ਾ ਦੇ ਵਿੱਚ ਲਗਾਏ ਸੀਗੇ ਅਤੇ ਬਾਕੀ ਜੋ ਵੀ ਤੁਹਾਡੇ ਪਲਾਨ ਸੀਗੇ, ਤੁਹਾਨੂੰ ਸਭ ਪਤਾ ਹੋਣੇ ਚਾਹੀਦੇ ਆ। ਅਗਰ ਤੁਸੀਂ ਖੁਦ ਵੀਜ਼ਾ ਅਪਲਾਈ ਕੀਤਾ ਤਾਂ ਤੁਹਾਨੂੰ ਪਤਾ ਹੋਏਗਾ, ਅਗਰ ਤੁਸੀਂ ਕਿਸੇ ਸੈਕਿੰਡ ਵੰਡੇ ਤੋਂ ਵੀਜ਼ਾ ਅਪਲਾਈ ਕਰਾ ਰਹੇ ਹੋ ਜਾਂ ਕਿਸੇ ਏਜੰਟ ਤੋਂ ਵੀਜ਼ਾ ਅਪਲਾਈ ਕਰਾ ਰਹੇ ਹੋ, ਤਾਂ ਆਪਣਾ ਜਿਹੜਾ ਕਵਰ ਲੈਟਰ ਆ ਅਤੇ ਆਈਟਨਰੀ ਆ ਉਹ ਵੀ ਤੁਸੀਂ ਜਿਹੜੀ ਇੱਕ ਵਾਰੀ ਜ਼ਰੂਰ ਧਿਆਨ 'ਚ ਰੱਖਿਓ ਕਿ ਤੁਹਾਡਾ ਪੂਰਾ ਟੂਰ ਪਲਾਨ ਕੀ ਸੀਗਾ। ਕਈ ਵਾਰੀ ਕੀ ਹੁੰਦੀ ਹੈ ਕਿ ਅੱਗੇ ਜਾ ਕੇ ਕੁਐਸਚਨਿੰਗ ਹੋ ਜਾਂਦੀ ਹੈ, ਜਿਹਨੂੰ ਕਾਫੀ ਬੰਦੇ ਕਹਿ ਦਿੰਦੇ ਆ ਕਿ ਸਾਡੀ ਜੀ ਇੰਟਰਵਿਊ ਆਈ ਹੈ, ਜਾਂ ਫੋਨ 'ਤੇ ਹੋ ਜਾਂਦੀ ਹੈ, ਜਾਂ ਕਈ ਵਾਰੀ ਫਲਾਈਟ ਬੋਰਡ ਕਰਨ ਵੇਲੇ ਹੋ ਜਾਂਦੀ ਹੈ। ਸੋ ਤੁਸੀਂ ਆਪਣਾ ਜਿਹੜਾ ਆਈਟਨਰੀ ਅਤੇ ਕਵਰ ਲੈਟਰ ਨੂੰ ਵੀ ਚੰਗੀ ਤਰ੍ਹਾਂ ਰੀਡ ਕਰਨਾ ਤਾਂ ਕਿ ਤੁਹਾਨੂੰ ਜੋ ਤੁਹਾਡਾ ਪ੍ਰੋਪਰ ਇੱਕ ਪਲਾਨ ਬਣਿਆ ਹੋਇਆ ਉੱਥੇ ਜਾਣ ਦਾ, ਉਹ ਤੁਹਾਨੂੰ ਜਿਹੜਾ ਹੈਗਾ ਪਤਾ ਹੋਵੇ ਕਿ ਤੁਸੀਂ ਕਿੰਨੇ ਦਿਨ ਉੱਥੇ ਰਹਿਣਾ ਅਤੇ ਕਿੱਥੇ ਕਿੱਥੇ ਘੁੰਮਣਾ, ਜਾਂ ਤੁਸੀਂ ਕਿਹੜਾ ਹੋਟਲ ਬੁੱਕ ਕੀਤਾ ਹੋਇਆ। ਸੋ ਇਹ ਡਾਕੂਮੈਂਟ ਬਹੁਤ ਮੰਡੇਟਰੀ ਆ ਜਦੋਂ ਵੀ ਤੁਸੀਂ ਟਰੈਵਲ ਕਰਨਾ, ਸਪੈਸ਼ਲੀ ਟੂਰਿਸਟ ਵੀਜ਼ੇ 'ਤੇ, ਤਾਂ ਤੁਸੀਂ ਇਹ ਸਾਰੇ ਡਾਕੂਮੈਂਟ ਆਪਣੇ ਨਾਲ ਲੈ ਕੇ ਜਾਣੇ ਆ ਅਤੇ ਆਪਣਾ ਜਿਹੜਾ ਹੈਗਾ ਕੇਸ ਨੂੰ ਪ੍ਰੋਪਰ ਸਟੱਡੀ ਕਰਕੇ ਹੀ ਜਾਣਾ, ਤਾਂ ਕਿ ਤੁਹਾਨੂੰ ਜਿਹੜੀ ਇਹ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਅਤੇ ਇਸ ਤੋਂ ਇਲਾਵਾ ਮੈਂ ਉਮੀਦ ਕਰਾਂਗਾ ਕਿ ਫਿਊਚਰ ਦੇ ਵਿੱਚ ਸ਼ਾਇਦ ਕਿਸੇ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਹੀ ਹੋਵੇ, ਤਾਂ ਬਹੁਤ ਚੰਗੀ ਗੱਲ ਆ। ਅਤੇ ਤੁਸੀਂ ਸਾਰੇ ਇਸ ਗੌਰ ਦਾ ਖਿਆਲ ਰੱਖਿਓ ਜੇ ਟਰੈਵਲ ਕਰ ਰਹੇ ਹੋ, ਅਤੇ ਜੇ ਕੋਈ ਤੁਹਾਡਾ ਯਾਰ ਮਿੱਤਰ ਟਰੈਵਲ ਕਰ ਰਿਹਾ ਤਾਂ ਉਸਨੂੰ ਵੀ ਇਹ ਵੀਡੀਓ ਪਹੁੰਚ ਰਹੀ ਜ਼ਰੂਰ ਕਰ ਦਿਓ, ਤਾਂ ਕਿ ਉਹਨੂੰ ਜਿਹੜਾ ਹੈਗਾ ਇਸ ਚੀਜ਼ ਤੋਂ ਅਵੇਅਰ ਹੋ ਜਾਵੇ ਅਤੇ ਉਹ ਆਪਣਾ ਜਿਹੜਾ ਪਹਿਲਾਂ ਹੀ ਪ੍ਰਬੰਧ ਕਰਕੇ ਟਰੈਵਲ ਕਰੇ। ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ।